ਇਸ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਸ ਵਕਤ ਅਸੀਂ ਪਿੰਡ ਪੰਡੋਲੀ ਰਹਿਮਾਣਾ ਜਿਹੜਾ ਕਿ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਪੈਂਦਾ ਪਿੰਡ ਹੈ ਅਤੇ ਮੌਜੂਦਾ ਸਰਪੰਚ ਸਰਦਾਰ ਕਮਲਜੀਤ ਸਿੰਘ ਨੇ ਅਤੇ ਇਹ ਜਿਹੜੀ ਸ਼ਮਸ਼ਾਨ ਘਾਟ ਹੈ ਇਹ ਐਸਸੀ ਜਿਹੜੇ ਲੋਕ ਨੇ ਉਹਨਾਂ ਦੀ ਸ਼ਮਸ਼ਾਨ ਘਾਟ ਹੈ ਅਤੇ ਦੇਖੋ ਕਿ ਇਹ ਸਾਰੀ ਕੱਚੀ ਹੈ ਅਤੇ ਉਹ ਪਿੰਡ ਵਾਸੀਆਂ ਨਾਲ ਗੱਲ ਕਰਦੇ ਹਾਂ ਕਿ ਉਹ ਕੀ ਕਹਿੰਦੇ ਨੇ। ਮੈਂ ਦੱਸਦਾ ਜੀ ਇਹ ਤੁਹਾਡੀ ਜਿਹੜੀ ਸ਼ਮਸ਼ਾਨ ਘਾਟ ਹੈ ਇਹ ਸ਼ੁਰੂ ਤੋਂ ਇੱਦਾਂ ਹੈ ਕਿ ਜਾਂ ਇਹ ਬਾਅਦ ਦੇ ਵਿੱਚ ਮਤਲਬ ਇਹ ਜੀ ਹੈਗੀ ਤੇ ਸ਼ੁਰੂ ਤੋਂ ਇੱਦਾਂ ਵਾ ਤੇ ਜਿੱਦਾਂ ਡਾਕਟਰ ਸਾਹਿਬ ਸਾਡੇ ਪਿੰਡ ਆਏ ਸੀ ਇੱਧਰ ਇੱਧਰ ਘਰ ਪੂਰੇ ਦੇ ਧਰਮਵੀਰ ਸਿੰਘ ਜੀ ਹਾਂਜੀ ਉਦਣ ਇੱਥੇ ਗੱਲ ਹੋਈ ਉਹਦੇ ਨਾਲ ਵੀ ਆ ਸ਼ਮਸ਼ਾਨ ਘਾਟ ਦੀ ਤੁਹਾਨੂੰ ਸ਼ਰਧਾ ਦਿੱਤੀ ਉਹਨੇ ਸਰਪੰਚ ਨੂੰ ਕਿਹਾ ਸੀ ਵੀ ਤੁਸੀਂ ਇਹਦਾ ਮਤਾ ਪਾ ਕੇ ਮੈਨੂੰ ਦਿਓ ਤੇ ਮੈਂ ਇਹਨੂੰ ਬਾਅਦ 'ਚ ਪੁੱਛਿਆ ਵੀ ਇਹਦਾ ਮਤਾ ਪਿਆਰੂ ਕਿ ਸਾਡਾ ਕੰਮ ਹੀ ਹੋ ਅਤੇ ਉਹੀ ਗੱਲ ਸਾਡਾ ਕੰਮ ਉੱਦਾਂ ਉੱਦਾਂ ਪਿਆ ਰਿਹਾ ਕੋਈ ਮਤਾ ਨਹੀਂ ਉੱਥੇ ਤਾਂ ਮਤਾ ਪਿਆ ਰਿਹਾ ਗਿਆ ਮਤਾ ਪਾਇਆ ਹੁੰਦਾ ਉਹਨੇ ਪਤਾ ਨਹੀਂ ਪਾਇਆ ਕਿ ਨਹੀਂ ਪਾਇਆ ਪਤਾ ਹੀ ਨਹੀਂ ਸਾਨੂੰ ਫਿਰ ਉਦੋਂ ਬਾਅਦ 'ਚ ਮੈਨੂੰ 3-4 ਵਾਰ ਫੋਨ ਕੀਤਾ ਪੀਏ ਨੂੰ ਕਹਿੰਦਾ ਤੁਹਾਡਾ ਕੰਮ ਅਸੀਂ ਕਰ ਦਿਆਂਗੇ ਉਹ ਆਖੋ ਕਰ ਦਿੰਦੇ ਫਿਰ ਮੈਂ MLA ਨੂੰ ਲਾਇਆ ਫੋਨ ਉਹ ਆਉਂਦਾ ਜੀ ਤੁਹਾਡਾ ਕੰਮ ਅਸੀਂ ਸ਼ੁਰੂ ਕਰਨ ਲੱਗੇ ਹਾਂ ਕੋਈ ਕਿਸੇ ਨੇ ਸੁਣਾਈ ਨਹੀਂ ਕਿਹਾ ਚਿਰ ਹੋ ਗਿਆ ਇਹ ਗੱਲ ਕੀਤੀ ਨਾ ਆਹ ਵੋਟਾਂ ਤੋਂ 1 ਮਹੀਨਾ ਪਹਿਲਾਂ ਦੀ ਅੱਛਾ ਵੋਟਾਂ ਤੋਂ ਪਹਿਲਾਂ ਦੀ ਗੱਲ ਮਤਲਬ ਕੀ ਕਹਿਣ ਦਾ ਕਿ ਜਿਹੜਾ ਚੋਣ ਦਾ ਪਤਾ ਲੱਗਾ ਇਹ ਤੋਂ ਪਹਿਲਾਂ ਦੀ ਗੱਲ ਇਹ ਤੋਂ ਪਹਿਲਾਂ ਇਹ ਪੁਰਾਣੇ ਸਰਪੰਚ ਕੜ ਵੀ ਅਸੀਂ ਹੱਥ ਜੋੜੇ ਆ ਇਹਦੇ ਇਹ ਤੇ ਕੋਈ ਨਹੀਂ ਮਦਦ ਇਹਨਾਂ ਦੀ ਆਪਣਾ ਅਜੀਤ ਸਿੰਘ ਅਜੀਤ ਸਿੰਘ ਤੇ ਕੀ ਤੁਸੀਂ ਮਤਲਬ ਇਹ ਪਹਿਲਾਂ ਵੀ ਸਰਪੰਚ ਨੂੰ ਕਹਿੰਦੇ ਰਿਹਾ ਚੋਣ ਜਾਬਤੇ ਤੋਂ ਇਹਨੂੰ ਪਹਿਲਾਂ ਤੇ ਆ ਪਾਇਆ ਮੇਰਾ ਸਿੰਘੂ ਦੀ ਗੱਲ ਕੀਤੀ ਸੁਰਿੰਦਰ ਸਿੰਘ ਇਹ ਬਣਾਇਆ ਪਾਇਆ ਉਹਨੇ ਆਹ ਮੁੜ ਕੇ ਸਾਡੇ ਵਿੱਚ ਦੀ ਇਹਦੀ ਹਾਜ਼ਰੀ ਆ ਆਹ ਜਿਹੜੀ ਆ ਉਸ ਤੋਂ ਬਾਅਦ ਕਿਸੇ ਨੇ ਕੰਮ ਨਹੀਂ ਨਾ ਨਾ ਕੋਈ ਹੱਥ ਨਹੀਂ ਕਰਦੇ ਜਿਵੇਂ ਉਹ ਤੇ ਸਾਰਾ ਉਹ ਪੱਕਾ ਹੈ ਵਿੱਚ ਇਹ ਤੇ ਟੋਆ ਜੋ ਬਣਾਇਆ ਇਹਦਾ ਪਾਣੀ ਪੂਣੀ ਪਾਉਣ ਵਾਸਤੇ ਬਣਾਇਆ ਨਾ ਇਹਨੇ ਪਾਣੀ ਪਾਉਣ ਲਾ ਕੇ ਉਹ ਮੁੜ ਕੇ ਖੜਾ ਬਣਾਇਆ ਇਹ ਕੋਈ ਗੱਲ ਨਹੀਂ ਇਹ ਮਾੜੀ ਹਾਲਤ ਹੈ ਇਹ ਕਿਦਾਂ ਮੁੜ ਕੇ ਕਰਦੇ ਸਾਰੇ ਇਦਾਂ ਹੀ ਨਹੀਂ ਪਾਉ ਅਸੀਂ ਚੱਲੇ ਲੈ ਰਹੇ ਹਾਂ ਦੱਬ ਵੱਡੀ ਹੈ ਇੱਥੇ ਅੱਛਾ ਜੀ ਆਹਾਂ ਕੋਲੋਂ ਪੈਸੇ ਦੇ ਕੇ 4 ਰੁਪਏ ਪੈਸੇ ਇਹ ਸਿੰਘ ਇੱਕ ਮੈਂ ਇੱਕ ਇਸੇ ਫੌਜੀ ਆਹਾਂ ਤਵਾਂ ਨੇ ਪੈਸੇ ਦੇ ਕੇ ਕਈ ਖੁਈ ਹੈਗੀ ਸੀ ਦੱਬ ਦੱਬ ਕਈ ਬੰਦਾ ਕਈ ਚੜੀ ਹੈ ਇੱਥੇ ਅੱਛਾ ਜਦੋਂ ਸਰਕਾਰ ਕਰੀਦਾ ਉਹਦੇ ਦੱਬ ਵੱਡਣੀ ਪੈਂਦੀ ਹੈ ਦੱਬ ਪਹਿਲਾਂ ਵੱਢ ਕੇ ਫੇਰ ਸਰਕਾਰ ਕਰੀਦਾ ਜੀ ਬੜੀ ਮੁਸ਼ਕਲ ਫੇਰ ਤੇ ਬੜਾ ਮਨ ਮੈਂ ਬੜੀ ਤਿੰਨ ਦਸ਼ਾਂ ਇਹੋ ਜੇ ਕਰਕੇ ਫਿਰ ਆ ਇਸ ਤਰ੍ਹਾਂ ਕਰਕੇ ਰੜਾ ਦੇ ਫੇਰ ਜਾ ਅਜੀਤ ਸਿੰਘ ਅਜੀਤ ਸਿੰਘ ਜੀ ਤੁਹਾਡੀਆਂ ਗਲੀਆਂ ਤੇ ਬਣੀਆਂ ਨੇ ਪਰ ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਕਿ ਇਹ ਤੁਹਾਡੀਆਂ ਸਾਡੀਆਂ ਗਲੀਆਂ ਆ ਹੀ ਸਾਡੀ ਗਲੀ ਅੱਛਾ ਇੱਧਰ ਆ ਤੁਹਾਡੀ ਆ ਸਾਡੀ ਗਲੀ ਉੱਧਰ ਆ ਉੱਧਰ ਤੈਨੂੰ ਕੋਈ ਮੈਂ ਚਖਾਵਾਂ ਜੋ ਆਪਣੀ ਗਲੀ ਇਹ ਤੁਸੀਂ ਮਤਲਬ ਕਹਿਣਾ ਚਾਹੁੰਦੇ ਕਿ ਤੁਹਾਡੇ ਇੱਧਰ ਗਲੀਆਂ ਬਣ ਗਈਆਂ ਤੇ ਜਿੱਧਰ ਮਤਲਬ ਗਰੀਬ ਲੋਕ ਰਹਿੰਦੇ ਨੇ ਉੱਧਰ ਗਲੀਆਂ ਨਹੀਂ ਬਣੀਆਂ ਉੱਧਰ ਕਿਤੇ ਨਹੀਂ ਬਣੀਆਂ ਜਿਹੜੀਆਂ ਕਿ ਇਹ ਦੇਖੋ ਕੰਡੀਸ਼ਨ ਦੇਖ ਰਹੇ ਤੁਸੀਂ ਇਹ ਐਸੀ ਲੋਕ ਜਿਹੜੇ ਨੇ ਇਹ ਉਹਨਾਂ ਦਾ ਮਹੱਲਾ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਧਰ ਜਿਹੜੀ ਪੱਕੀ ਗਲੀ ਹੈ ਇਹ ਸਾਰੀਆਂ ਬਣ ਗਈਆਂ ਨੇ ਤੇ ਜਿਹੜੇ ਉਹਨਾਂ ਦੇ ਘਰਾਂ ਨੂੰ ਰਸਤਾ ਜਾਂਦਾ ਹੈ ਉਹਦੀ ਸਾਰੀ ਇੱਦਾਂ ਦੀ ਕੰਡੀਸ਼ਨ ਹੈ ਤੇ ਇਹ ਸਾਰੀ ਗਲੀ ਇੱਦਾਂ ਹੀ ਹੈ ਅੱਗੇ ਤੱਕ ਤੋੜ ਤੱਕ ਤੇ ਦੇਖੋ ਇਹ ਇੱਧਰ ਗਲੀ ਦਾ ਬਿਲਕੁਲ ਉਂਗਲੀ ਵਾਕਿਆ ਨਹੀਂ ਬਣੀ ਮੋਟਾ ਅਸੀਂ ਪਾਉਣ ਵਾਲੇ ਆ ਤੇ ਜਿਹੜੀਆਂ ਉਹਦੀਆਂ ਮੇਨ ਜਿਹੜੀ ਗਲੀ ਆ ਕਾਲੀਆਂ ਦੀਆਂ ਤੇ ਦੂਜੇ ਦੇ ਰਸਤਾ ਨੂੰ ਜਾਂਦਾ ਉਹਨਾਂ ਚੁੱਲੇ ਵੀ ਬਣ ਗਏ ਤੇ ਅਸੀਂ ਕੰਡੀਸ਼ਨ ਦੇਖੋ ਜਿਹੜੀ ਸਾਰੀ ਉੱਥੇ ਹੀ ਪਾਣੀ ਖੜਾ ਆ ਬਾਰਿਸ਼ ਵੀ ਜਾਂਦਾ ਹੁੰਦਾ ਹੀ ਆ ਪਾਣੀ ਇੱਥੇ ਖਲੋਤਾ ਹੈ ਤੇ ਗਲੀ ਜਿਹੜੀ ਆ ਸਾਰੀ ਉਹ ਇੱਟਾਂ ਦੀ ਹਲੇ ਬਣੀ ਹੈ ਇਹ ਪੱਕੀ ਗਲੀ ਨਹੀਂ ਬਣੀ ਇਹਨਾਂ ਦੀ ਇੰਟਰਲੌਕ ਟਾਇਰ ਲੱਗ ਕੇ ਉੱਚੀ ਕੀਤੀ ਹੋਵੇ ਗਲੀ ਇਹ ਬਰਾਬਰ ਕੀਤੀ ਹੋਵੇ ਇਹਦੇ ਇਹ ਜਿਹੜੀ ਗਲੀ ਇੱਦਾਂ ਹੀ ਆਓ ਇੱਧਰ ਆ ਮੈਂ ਇਹ ਪਿੰਡ ਦੀ ਵਾਟਰ ਸਪਲਾਈ ਦੀ ਟੈਂਕੀ ਹੈ ਦੇਖੋ ਕਿ ਪਾਣੀ ਜਿਹੜਾ ਆ ਉਹ ਕੁਝ ਦੇ ਪਿੰਡ ਵਾਸਤੇ ਨਹੀਂ ਪਿੰਡਾਂ ਦਾ ਅੱਛਾ ਜੀ ਤੁਹਾਡੇ ਜਿਹੜੀ ਟੈਂਕੀ ਬਣੀ ਹੈ ਜਿਹੜਾ ਪਾਣੀ ਹੈ ਉਹ ਠੀਕ ਹੁੰਦਾ ਹਾਂਜੀ ਪਾਣੀ ਠੀਕ ਹੈ ਪਾਣੀ ਠੀਕ ਹੈ ਇਹ ਮਤਲਬ ਕਹਿੰਦੇ ਨੇ ਕਿ ਪਾਣੀ ਦੀ ਜਿਹੜੀ ਕੰਡੀਸ਼ਨ ਹੈ ਉਹਨਾਂ ਦੇ 2 ਟਾਈਮ ਆਉਂਦਾ ਪਾਣੀ ਬਿਲਕੁਲ ਸਾਫ਼ ਆਉਂਦਾ ਹੈ ਜਿਹੜੀ ਇਹਨਾਂ ਨੂੰ ਮੇਨ ਹੈ ਇਹਨਾਂ ਦੀ ਪ੍ਰੋਬਲਮ ਸ਼ਮਸ਼ਾਨ ਘਾਟ ਦੀ ਪ੍ਰੋਬਲਮ ਇਹਨਾਂ ਦੀ ਅਤੇ ਕਣਕ ਨਹੀਂ ਮਿਲਦੀ ਇਹਨਾਂ ਨੂੰ ਆਹ ਦਿਖਾਉਣੇ ਕਿ ਬਣੇ ਨੇ ਮੌਜੂਦਾ ਸਰਪੰਚ ਸਰਦਾਰ ਕਮਲਜੀਤ ਸਿੰਘ ਜੀ ਉਹਨਾਂ ਵੱਲੋਂ ਇਸ ਵਾਰੀ ਪਿੰਡ ਦੇ ਕੰਮ ਜਿਹੜੇ ਕਰਵਾਏ ਗਏ ਨੇ ਇਸ ਤੋਂ ਪਹਿਲਾਂ ਜਿੰਨੇ ਵੀ ਸਰਪੰਚ ਆਏ ਨੇ ਕਿਸੇ ਨੇ ਵੀ ਪਿੰਡ ਦੇ ਵਿੱਚ ਕੋਈ ਵੀ ਅਜੇ ਤੱਕ ਕੰਮ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੇ ਪਿੰਡ ਬਾਰੇ ਕੋਈ ਸੋਚਿਆ ਅਤੇ ਨਾ ਹੀ ਗਰੀਬਾਂ ਬਾਰੇ ਕਿਸੇ ਨੇ ਸੋਚਿਆ ਕਿ ਉਹਨਾਂ ਨੂੰ ਕਣਕ ਮਿਲਦੀ ਹੈ ਜਿਹੜੀ ਕਿ ਕਰੋਨਾ ਦੇ ਟਾਈਮ ਦੇ ਵਿੱਚ ਕਿੱਟਾਂ ਵੀ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਸੀ ਪੰਜਾਬ ਦੇ ਉਹਨਾਂ ਵੱਲੋਂ ਕਿੱਟਾਂ ਭੇਜੀਆਂ ਗਈਆਂ ਸੀ ਪੂਰੇ ਪੰਜਾਬ ਦੇ ਵਿੱਚ ਪਰ ਇਹਨਾਂ ਦੇ ਪਿੰਡ ਦੇ ਵਿੱਚ ਕੋਈ ਵੀ ਅਜੇ ਤੱਕ ਫ੍ਰੀ ਵਾਲੀ ਕਣਕ ਕਿਸੇ ਨੂੰ ਨਹੀਂ ਮਿਲੀ ਅਤੇ ਨਾ ਹੀ ਇੱਥੇ ਕੋਈ ਡਿਪੂ ਹੋਲਡਰ ਜਿਹੜਾ ਹੈ ਉਹਦੀ ਵੀ ਸ਼ਿਕਾਇਤ ਕਰ ਰਹੇ ਨੇ ਲੋਕ ਕਿ ਡਿਪੂ ਹੋਲਡਰ ਜਿਹੜਾ ਲੋਕਾਂ ਨੂੰ 15 ਕਿਲੋ ਕਣਕ ਦੇ ਰਿਹਾ ਹੈ 10 ਕਿਲੋ ਕਣਕ ਇਹਨਾਂ ਦੀ ਕੱਟ ਕੇ ਇਹਨਾਂ ਨੂੰ 15 ਕਿਲੋ ਕਣਕ ਹੀ ਮਿਲ ਰਹੀ ਹੈ ਅਤੇ ਇਹਨਾਂ ਦੀ ਉਹ ਵੀ ਕਿਸੇ ਨੇ ਅਜੇ ਤੱਕ ਵਾਰ ਨਹੀਂ ਪਰ ਗਲੀਆਂ ਦਾ ਜਿਹੜਾ ਕੰਮ ਹੈ ਇਹ ਪੂਰੀ ਮੁਰੰਮਤ ਹੋਈ ਆ ਬਣੀਆਂ ਹੋਈਆਂ ਨੇ ਦੇਖੋ ਤੁਸੀਂ ਜਿਹੜੇ ਗਲੀਆਂ ਇਹ ਸਕੂਲ ਐਲੀਮੈਂਟਰੀ ਇਹਦੇ ਅੰਦਰ ਵੀ ਦੇਖੋ ਕਿ ਲੱਗੀਆਂ ਹੋਈਆਂ ਨੇ ਇੰਟਰਲੋਕ ਟਾਈਲਾਂ ਸਕੂਲ ਵਧੀਆ ਬਣਿਆ ਹੋਇਆ ਐਲੀਮੈਂਟਰੀ ਸਕੂਲ ਹੈ ਪੰਡੋਰੀ ਰਹਿਮਾਣਾ।
पंडोरी रवाना जोड़ा पिंड है एरिया देखो गलिया नालिया का जोड़ा काम है वो तो सारा बहुत वधिया तरीके होया है। यह नालिया भी इस वारी ही बनिया ने गलिया भी इस वारी बनिया ने सरपंच कवलजीत सिंह की सरपंची दिता तो ये सिर्फ शिकायत करते हैं कणक की तो कणक का जोड़ा काम है वो पिंड बहुत मंदा है कि 15 किलो कणक मिलती है जी कि 25 किलो मिलनी चाहिए है एक परिवार मैंबर तो इन्हों 15 किलो मिल रही है तो 10 किलो इन्हों की कणक कट के इन्होंने 15 किलो दी जाती जी अजे तक किसी ने इन्हों की बात नहीं है पिंड कि पानी खेत बाहर आना चलो ये जी सुरक्त अभी पिंड पंडोरी रमाणा जोड़ा कि तरन तारण डिस्ट्रिक्ट बनिया पिंड है वो पिंड जी विकास की हालत है वो देख रहे हैं तो इस वारी जोड़े सरपंच ने कवलजीत सिंह उन्होंने अपने पिंड का विकास जो बहुत वधिया किया है। यह देखो ये छप्पड़ है पिंड का जोड़ा कि यह पहला है यदा जो सारा पानी है वो बाहर आता है इस वारी सरपंच साहब ने मिट्टी पा के उच्चा करके सारी गली बनाई हुई है एक थाले इंटरलॉक टाइल कोई नहीं हुई है ये सिर्फ कि अपना चोन जाता लगन के कारण काम रुकया है जो चोन जाता खत्म होगा यह गली का बनना फिर स्टार्ट हो गया ये पानी जोड़ा है इतने आता है कि आओ देखते हैं आप गल करते हैं पिंड पंडोरी रमाणा तो कि कहते हैं कि सर अपना रणवीर सिंह जी ये तुम्हारा गलिया जड़िया ने इस वारी बनिया ने कि पहला भी बनिया है बहुत चेर दी इदा ही आ रही आ खलारा पिया वा ਦੂਜੇ ਪਾਸੇ ਬਣ ਗਈਆਂ ਤਾਂ ਇੱਧਰ ਨਹੀਂ ਬਣੀਆਂ ਮੱਝੀ ਸਿੰਘਾਂ ਦਾ ਇਲਾਕਾ ਤੀਜੀ ਵਾਰ ਜਿੱਤਿਆ ਤੀਜੀ ਵਾਰ ਫਿਰ ਅਸੀਂ ਇਹਦੇ ਨਾਲ ਹਾਂ ਪਰ ਸਾਡੀ ਉਹਨੇ ਸੁਣੀ ਨਹੀਂ ਠੀਕ ਹੈ ਵੋਟਾਂ ਕਿਹਨੂੰ ਪਾਓਗੇ ਕਾਲੀਆਂ ਨੂੰ ਇਹ ਤੇ ਹੁਣ ਸਮਾਂ ਆਉਣ ਤੇ ਦੱਸਾਂਗੇ ਨਾ ਅਸੀਂ ਕਿਸੇ ਨੂੰ ਨਹੀਂ ਅਜੇ ਦੱਸ ਸਕਦੇ ਅਸੀਂ ਬੋਰਡ ਦਾ ਨਹੀਂ ਕੋਈ ਕਿਸੇ ਨੂੰ ਕਹਿ ਸਕਦੇ ਪਰ ਬੋਰਡ ਅਸੀਂ ਜਿੱਥੋਂ ਤੱਕ ਸਾਡਾ ਨੇਮ ਆ ਤੁਸੀਂ ਕਾਲੀ ਗੱਲ ਨੂੰ ਪਾਓ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਰ ਤੂੰ ਵੀਰੇ ਕੁਛ ਕਹਿਣਾ ਚਾਹੇਗਾ ਪੰਡੋਰੀ ਰਮਾਣਾ ਤੋਂ ਅਤੇ ਆਪਾਂ ਇਹਨਾਂ ਨਾਲ ਜਿੱਦਾਂ ਗੱਲਬਾਤ ਕੀਤੀ ਇਹ ਦੱਸਦੇ ਨੇ ਕਿ ਇਹਨਾਂ ਦੀ ਜਿਹੜੀ ਸ਼ਮਸ਼ਾਨ ਘਾਟ ਹੈ ਇਹ ਬਿਲਕੁਲ ਕੱਚੀ ਹੈ ਅਤੇ ਜਦੋਂ ਮੰਨ ਲਓ ਕਿਸੇ ਦਾ ਸੰਸਕਾਰ ਹੁੰਦਾ ਹੈ ਜਾਂ ਕੋਈ ਕਿਸੇ ਮਾੜੀ ਦੁਰਘਟਨਾ ਹੋ ਜਾਂਦੀ ਹੈ ਤਾਂ ਪਹਿਲਾਂ ਇੱਕ ਦਬਕਾ ਹੀ ਵੱਢ ਕੇ ਅਤੇ ਫਿਰ ਇੱਥੇ ਸੰਸਕਾਰ ਕਰਦੇ ਨੇ ਅਤੇ ਅਜੇ ਤੱਕ ਜਿਹੜੇ ਇਹਨਾਂ ਦੇ MLA ਨੇ ਅਤੇ ਉਹਨਾਂ ਨੇ ਅਜੇ ਤੱਕ ਪਿੰਡ ਦੇ ਵਿੱਚ ਕੋਈ ਜਾਣ ਨਹੀਂ ਦਿੱਤੀ ਸ਼ਮਸ਼ਾਨ ਘਾਟ ਵਾਸਤੇ ਕਿ ਇੱਥੇ ਸ਼ਮਸ਼ਾਨ ਇਹ ਸਰਪੰਚ ਸਾਹਿਬ ਜੀਤ ਸਿੰਘ ਜੀ ਉਦੋਂ ਸਰਪੰਚ ਸੀ ਉਹਨਾਂ ਦੀ ਜਿਹੜੀ ਇਹਨਾਂ ਦੀ ਮੰਗ ਆ ਉਹਦੇ ਨਾਲ ਅਸੀਂ ਸਹਿਮਤ ਹਾਂ ਕਿ ਇਹ ਹੋਈਆਂ ਚਾਹੀਦੀਆਂ ਵਾ ਬਾਕੀ ਜਿਹੜਾ ਵਿਕਾਸ ਹੋਇਆ ਪਿੰਡ ਦੇ ਵਿੱਚ ਉਹ ਬਹੁਤ ਵਧੀਆ ਹੋਇਆ ਵਾ ਅੱਜ ਤੋਂ ਮੇਰੀ ਉਮਰ ਕੋਈ 45 ਸਾਲ ਆ ਪਿੱਛੇ ਜੋ 30 ਸਾਲ ਤਾਂ ਹੀ ਇੰਨਾ ਕੰਮ ਨਹੀਂ ਹੋਇਆ ਹਾਂਜੀ ਜੋ ਐਤਕੀ ਹੋਇਆ ਵਾ ਪਹਿਲਾਂ ਤਾਂ ਕਰੋਨਾ ਦੀ ਮਾਰ ਹੇਠ ਉਹਦਾ ਕਾਰਨ ਕੁਝ ਕੰਮ ਤੁਹਾਨੂੰ ਪਤਾ ਹੀ ਆ ਬਾਕੀ ਅਸੀਂ ਬਹੁਤ ਖੁਸ਼ ਹਾਂ ਜੋ ਇੱਥੇ ਕੰਮ ਹੋਇਆ ਵਾ ਬਹੁਤ ਵਧੀਆ ਸਰਪੰਚ ਸਾਹਿਬ ਨੇ ਮਤਲਬ ਕੰਮ ਕਰਵਾਏ ਆ ਚਲੋ ਵਧੀਆ ਹੀ ਜੋ ਇਹ MLA ਸਾਹਿਬ ਅਸੀਂ ਜੋ ਜਾਂਦੇ ਰਹੇ ਸਾਡੇ ਸੁਣਦੇ ਰਹੇ ਤੇ ਅਸੀਂ ਤੇ ਵੀ ਉਹਨਾਂ ਦੇ ਨਾਲ ਹੀ ਆ ਮਤਲਬ MLA ਸਾਹਿਬ ਨੇ ਤੁਹਾਡੇ ਨੇ ਗਰਾਂਡਾ ਦੇ ਕੇ ਜਿਹੜੇ ਕੰਮ ਕਰਵਾਏ ਤੇ ਚਾਹੁੰਦੇ ਵੀ ਉਹਨਾਂ ਵਾਸਤੇ ਕੋਈ ਵੀ ਕੰਮ ਕਰਾਉਂਦਾ ਨਹੀਂ ਉਹਦੇ ਨਾਲ ਉਹਨਾਂ ਦੇ ਨਾਲ MLA ਸਾਹਿਬ ਦੇ ਮਤਲਬ ਤੁਹਾਡੇ ਜਿਹੜੇ ਕੰਮ ਜਿੰਨੇ ਵੀ ਕਰਾਏ ਨੇ ਉਹਨਾਂ ਗਰਾਂਡਾ ਦੇ ਕੇ ਕਰਾਏ ਤੇ ਤੁਸੀਂ ਉਹਨਾਂ ਵਾਸਤੇ ਮੰਗ ਕਰਦੇ ਹੋ ਕਿ ਪਿੰਡ ਵਾਸੀ ਜਿੰਨੇ ਵੀ ਨੇ ਸਾਰੇ ਕਾਂਗਰਸ ਨੂੰ ਵੋਟਾਂ ਪਾਉਣ ਕਿਉਂਕਿ ਜਿੰਨੇ ਕੰਮ ਐਤਕਾਰ ਪਿੰਡ ਵਿੱਚ ਹੋਏ ਨੇ ਬਹੁਤ ਖੁਸ਼ ਹਾਂ ਜੀ ਤੇ ਪਿਛਲੇ ਜਿੱਦਾਂ ਸਰਪੰਚ ਸਾਹਿਬ ਨੇ ਦੱਸਿਆ ਅੱਗੇ ਸਾਡੇ ਵੀ ਇਸ ਤਰ੍ਹਾਂ ਹੀ ਇਹ ਕੰਮ ਕਰਾਉਂਦੇ ਰਹਿਣਗੇ ਸਰਪੰਚ ਸਾਹਿਬ ਤੇ ਅਸੀਂ ਇਹਨਾਂ ਦੇ ਨਾਲ ਠੀਕ ਹੈ ਧੰਨਵਾਦ ਤੇ ਆਹ ਹੁਣ ਪਿੰਡ ਵਾਸੀਆਂ ਨਾਲ ਗੱਲ ਕਰਦੇ ਆ ਕਿ ਉਹ ਕੀ ਕਹਿੰਦੇ ਨੇ ਤੁਸੀਂ ਆਪਣੇ ਪਿੰਡ ਬਾਰੇ ਸਰ ਉਹ ਸਰਪੰਚ ਸਾਹਿਬ ਦੇ ਮੈਂਬਰ ਸਾਹਿਬ ਇਹਨਾਂ ਦੱਸ ਚੁੱਕੇ ਆ ਹਾਂਜੀ ਇੱਕ ਤੇ ਪੁਲ ਦੀ ਮੰਗ ਕੀਤੀ ਸੀ ਇੱਕ ਸਰ ਗਰਾਊਂਡ ਵੀ ਹੈ ਜਿਹੜੀ ਵੀ ਸਟੇਡੀਅਮ ਬਣਦੀ ਉਹ ਜਿਹੜਾ ਉਹ ਬਣਦਾ ਵਾ ਸਰ ਪਰ ਉਹ ਜਿਹੜਾ ਖਾਦ ਆ ਉਹ ਦੂਜੇ ਪਿੰਡ ਲੈਂਦੀ ਆ ਸਾਨੂੰ ਇੱਥੇ ਜਗ੍ਹਾ ਹੈਗੀ ਸਾਡੇ ਕੋਲ ਜਿਹੜੀ ਸਾਡੀ ਇੱਥੇ ਹੀ ਮੰਡੀ ਅਸੀਂ ਹੁਣ ਤਖਤ ਮਾਲੀ ਬਲੋਈ ਤੋਂ ਜੀ ਸੈਕਟਰੀ ਉੱਥੋਂ ਦੇ ਸੈਕਟਰੀ ਸਾਹਿਬ ਜਿਹੜੇ ਉਹ ਆਪਦੇ ਘਰੇ ਨੂੰ ਹੋ ਗਏ
इस वक्त दसा की पिंड पंडोरी रमाणा जरा डिस्ट्रिक्ट तरन तारण का पिंड है हल्का ब्लॉक तरन तारण का पिंड है असं वो पिंड मौजूदा सरपंच सरदार कवलजीत सिंह के नाल मौजूद हाँ तो जिदा पिंड वासियों ने मंगा कीतियां सरपंच साहब ने मंगा कीतियां उन्होंने जड़िया मंगा ने कुछ कमाने मते पे हुए हैं तो कुछ जड़े ने हाले पैन वाले ने पिंड वासियों की मेन मंग है कि जो गंदा पानी है वह जो निकास है जरूरी होना चाहिए है इतने एक पुल है जरा कि पिछले कई सालों तो पिछले पुराने ही समय के बनया जो कि अंग्रेजों की सरकार होंगी थी तो वह पुल की मंग है सरपंच साहब की भी पिंड वासियों की भी कि एक तो पुल बनना चाहिए है तो एक उन्होंने जोड़ा गंदा पानी है वह निकास जोड़ा पुल तो पार होना चाहिए ताकि पिंड वासियों का गंदा पानी जोड़ा है वह पिंड चो बहर निकले तो उन्होंने हाले जोड़ा पानी है घर के बहर ही नालिया के हो जाता गंदा पानी जिदे कि उन्होंने बहुत ज़्यादा परेशानी आती है बारिश के टाइम से चुन जाप्ता करके थोड़ा जा रुकिया इस तो बाद मतलब कम मता पा के काम करो मौजूदा सरपंच कवलजीत सिंह जी ने दसिया कि उन्होंने पिंड का जिहड़ा विकास है सारा टुटल होया ते एक उन्होंने जिहड़ा जो अपने गंदे पानी का निकास है ओहदी थोड़ी जो उन्होंने मतलब मता पा के तो इस वार चो जाप तो बाद पूरे पा के गंदे पानी का जोड़ा निकास है वह उन्होंने मांग है तो जे होर कोई पिंड वासियों की जी मंग है वह तुम सारिया दस चुकिया है कि उन्होंने जी स्कूल की ग्राउंड की होर कोई उन्होंने एक पुल की मंग है तो एक शमशान घाट की मांग शमशान घाट का मतलब पाया हो तो भी